ਚਾਲੇ ਦਾਇਮ ਜਸਰ ਦੀ ਤਾਰੀਫ ਮੈਂ ਲਿਖਣੇ ਦੇ ਪਾਕਨ ਪਾਕ ਅਜ਼ਾਦ ਇਲਾਹੀ ਤੇਰੀ ਸਭ ਬਾਦਸ਼ਾਹੀਆਂ ਚਲਨ ਹਾਰੀਆਂ ਨੇ ਸਦਾ ਹੋਗ ਸਾਈਆਂ ਬਾਦਸ਼ਾਹੀ ਤੇਰੀ ਸ਼ੈਨ ਸ਼ਾਹੀ ਬਦਲ ਸਾਹ ਬਦਲਾ ਹੋਏ ਕੁਲ ਕਹਿਣ ਬੀਬੀ ਚਾਲੇ ਆਈ ਪਿਆ ਵਜਦਾ ਰਮਦੀ ਸਾ ਤੇਰਾ ਤੂੰ ਤੋਂ ਕੰਗਨ ਦੀ ਖੁਲੀ ਸੜਾਈ ਰਸ਼ੀਆਂ ਨੂਰੀਆਂ ਦੀ ਹੋਏ ਛੋਲੀ ਮਾਂ ਦੀ ਬੇਪਰਵਾਹੀ ਤੇਰੀ ਅਮਲਾ ਭਾਰਿਆਂ ਨੂੰ ਅਮਲੇ ਮਾਂ ਹੋਏ ਅਸਾਂ ਆਸੀਆਂ ਨੂੰ ਸਾਈਆਂ ਸਾਈ ਤੇਰੀ ਸਾਨੂੰ ਜਖੂ ਗਵਾਲੇ ਮਾਈ ਤੇਰੀ ਗੱਲਾਂ ਸ਼ਾਹ ਰਾਤ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਅਸਾਂ ਤੁਸਾਂ ਦੇ ਸਾਹਮਣੇ ਪੇਸ਼ ਕਰ ਰਹੀਆਂ ਨੇ ਲੇਕਿਨ ਇਹ ਦਾਇਮ ਇਕਬਾਲ ਸਰਕਾਰ ਨੇ ਇੱਕ ਜਗ੍ਹਾ ਇਸ ਤਰ੍ਹਾਂ ਫਰਮਾਇਆ ਹੈ ਦਾਇਮ ਉਹ ਸ਼ਾਇਰ ਬੇਸ਼ਹੂਰ ਆ ਮੈਂ ਮੇਰਾ ਸ਼ੇਰ ਸ਼ਾਇਰ ਪੁਰਸ਼ਹੂਰ ਸਮਝੇ ਕਿਵੇਂ ਵੇਖਣ ਗਿਆ ਸ਼ਾਇਰਾਂ ਲੇਕਿਨ ਸ਼ੇਰ ਮੇਰਾ ਬਹੁ ਅਕਲੇ ਵਾਲਾ ਸਮਝੇ ਤੋ ਇੱਕ ਜਗ੍ਹਾ ਸਰਕਾਰ ਨੇ ਇਸ ਤਰ੍ਹਾਂ ਫਰਮਾਇਆ ਹੈ ਜੋ ਸਮਝੋ ਤੋ ਯਹੀ ਹੈ ਸਾਫ ਮਤਲਬ ਲੰਗ ਕਰਾਨੀ ਕਾ ਲੰਗ ਕਰਾਨੀ ਉਹ ਲਫ਼ਜ਼ ਹੈ ਕਿ ਜਿਹੜੇ ਮੂਸਾ ਅਲੈਹ ਸਲਾਮ ਨੇ ਕੋਤੂਰ ਪਹਾੜੀ ਪਰ ਜਾਈ ਤੇ ਅਰਜ਼ ਕੀਤੀ ਸੀ ਯਾ ਰੱਬ ਏਰਨੀ ਐ ਰੱਬ ਇੱਜ਼ਤ ਮੁਝੇ ਦੀਦਾਰ ਦੇ ਤੋ ਆਵਾਜ਼ ਆਈ ਸੀ ਲੰਗ ਕਰਾਨੀ ਜਾਓ ਤੁਮ ਨਹੀਂ ਦੇਖ ਸਕਤੇ ਹੋ ਤੋ ਇੱਕ ਅਲਹਾਜ ਅਬਦੁਲ ਕਰੀਮ ਦੀਵਾਨਾ ਨਜ਼ਾਮੀ ਸਾਹਿਬ ਇਸ ਤਰ੍ਹਾਂ ਫਰਮਾਣੇ ਆਪਣੀ ਕਿਤਾਬ ਵਿੱਚ ਇੱਕ ਜਗ੍ਹਾ ਜੋ ਸਮਝੋ ਤੋ ਯਹੀ ਹੈ ਸਾਫ ਮਤਲਬ ਲੰਗ ਕਰਾਨੀ ਕਾ ਨਾ ਆਏਗਾ ਨਜ਼ਰ ਤੁਮਕੋ ਖੁਦਾ ਤੁਮਸੇ ਜੁਦਾ ਹੋਕਰ ਵਜਿਆ ਹੋ ਸਾਡੇ ਨਾਲ ਜੁਦਾ ਹੋਈ
ਅੱਲਾਹ ਸਾਡੀ ਨਗਰੀ ਵਿੱਚ ਹੈ ਤੇ ਮੂਸਾ ਅਲੈਹਿਸ ਸਲਾਮ ਦਾ ਹਸ਼ਰ ਹੋਵੇ। ਨਾ ਆਏਗਾ ਨਜ਼ਰ ਤੁਮਕੋ ਖੁਦਾ ਤੁਮਸੇ ਜੁਦਾ ਹੋ ਕਰ, ਯਹੀ ਤਫਸੀਰ ਹੈ ਕੁਨ ਤੋ ਕੰਜ਼ਲ ਮਖਫੀਅਨ ਕੀ, ਕਿ ਮੈਂ ਛੁਪਾ ਹੁਆ ਖਜ਼ਾਨਾ ਥਾ, ਮੈਨੇ ਚਾਹਾ ਪਹਿਚਾਨਾ ਜਾਣਾ, ਯਹੀ ਤਫਸੀਰ ਹੈ ਕੁਨ ਤੋ ਕੰਜ਼ਲ ਮਖਫੀਅਨ ਕੀ, ਖੁਦਾ ਖੁਦ ਹੋ ਗਿਆ ਜ਼ਾਹਿਰ, ਖੁਦਾ ਖੁਦ ਹੋ ਗਿਆ ਜ਼ਾਹਿਰ, ਮੁਹੰਮਦ ਮੁਸਤਫਾ ਹੋ ਕਰ। ਸੁਣੋ ਦੋਸਤੋ, ਇੱਥੇ ਹੀ ਦੀਵਾਨਾ ਨਿਜ਼ਾਮੀ ਮੌਲਾਨਾ ਰੂਹ ਸਰਕਾਰ ਦੀ ਇੱਕ ਗੱਲ ਬਣੇ, ਕਹਾ ਪੀਰੇ ਰੂਮੀ ਨੇ, ਕਹਾ ਪੀਰੇ ਰੂਮੀ ਨੇ, ਯੂੰ ਬਰਮਲਾ ਹੈ, ਕਿਹੜੀ ਗੱਲ ਹੈ ਕਿ ਇਸਮੇ ਮੁਹੰਮਦ ਵੀ ਨਾਮੇ ਖੁਦਾ ਹੈ, ਇਹ ਹੱਦ ਹੈ ਹਜ਼ੂਰ ਦੀ ਤਾਰੀਫ ਤੋਂ ਅੱਲਾਹ ਪਾਕ ਦੇ ਬਾਰੇ ਜਾਣੇ, ਬੇਸ਼ਮਾਰ ਸਿਫਤਾਂ ਦੀ ਸਿਫਤੇਰੀ ਐ ਮਨ ਕੇ ਕਮੋ ਮਤਾ, ਬੇਸ਼ਮਾਰ ਸਿਫਤਾਂ ਦੀ ਸਿਫਤੇਰੀ ਲਾਮੀਆਂ ਲਿਤ ਵਾਲਾ ਮਜੂਰ ਨਹੀਂ, ਬੇਸ਼ਮਾਰ ਸਿਫਤਾਂ ਦੀ ਸਿਫਤੇਰੀ ਲਾਮੀਆਂ ਲਿਤ ਵਾਲਾ ਮਜੂਰ ਨਹੀਂ, ਜਦੋਂ ਪਤਾ ਲੱਗੇ ਕੋਈ ਨਾ ਪਤਾ ਲੱਗੇ, ਤੇਰਾ ਪਤਾ ਕੋਈ ਲੱਗਦਾ ਤਦ ਹੀ ਅਜ਼ਲ ਅਬਦ ਦੇ ਜਾਣੇ ਕੌਣ ਪਾਵੇ, ਅਜ਼ਲ ਅਬਦ ਦੇ ਜਾਣੇ ਕੌਣ ਪਾਵੇ, ਐਡਾ ਕਿਸੇ ਦੀ ਉਮਰ ਦਾ ਕੱਦ ਹੀ ਉਹਦਾ ਇਮਲਾਨ ਤਰ੍ਹਾਂ ਦੀ ਅਦਾਬਿਆਂ ਤੂੰ, ਉਹਦਾ ਇਮਲਾਨ ਤਰ੍ਹਾਂ ਦੀ ਅਦਾਬਿਆਂ ਤੂੰ, ਡਰਦੇ ਤੂੰ ਦੇ ਸਾਧੂਏ ਖਿਆਲਾਂ ਦੇ ਬੈਂਦ ਚੂੰ ਚਾਖ ਵੇਖੋ ਬਸਤੀ ਨਰਾਲੀ ਤੇਰੀ, ਉੱਠੀ ਲੈ ਖਿਆਲਾਂ ਦੇ ਬੈਂਦ ਵਿੱਚੋਂ ਸੋਹਣਿਆ, ਜਾ ਕੇ ਵੇਖੋ ਬਸਤੀ ਨਰਾਲੀ ਤੇਰੀ, ਗਲੀ ਉਹ ਸ਼ੀਰ ਮਤਵਾਲੀ ਤੇਰੀ ਰੱਖ ਚੱਪ
ਭਾਈ ਸ਼ੋਕਰ ਸਾਹਿਬ ਦੀ ਫਰਮਾਇਸ਼ ਹੈ, ਪਰ ਇਹ ਸ਼ੇਰ ਪੀਰ ਫਤਿਹ ਗੁਜਰਾਤੀ ਨਾ ਉਹਨਾਂ ਆਖਿਆ ਮੁਕਰਰ ਕਰੋ। ਹਾਲਾਂਕਿ ਮੈਂ ਅਰਜ਼ ਕਰਾਂ ਕਿ ਮੈਂ ਪ੍ਰੋਗਰਾਮ ਕਰਨ ਦੇ ਕਾਬਿਲ ਨਹੀਂ ਹਾਂ, ਉਹ ਸਿਰਫ ਜਿਹਨੇ ਨਾਲ ਵਾਅਦਾ ਸੀ ਤੇ ਮੈਂ ਆ ਰਿਹਾ। ਹਾਲਾਂਕਿ ਗਲਾ ਇਹ ਗੱਲ ਹੈ ਕਿ ਇੱਕ ਸ਼ੇਰ ਨਾ ਪੜ, ਪਰ ਮੈਂ ਕੁਛ ਦੱਸਾਂ ਜਿੱਥੇ ਤੱਕ ਮੇਰੇ ਕੋਲ ਜਾਣ ਹੋਇਆ। ਜੇ ਭਾਈ ਨਸੀਮ ਨਾਲ ਸ਼ੇਰ ਪੜਸਾਂ, ਇਹ ਭਾਵੇਂ ਅੜੀ ਵੀ ਪੜਨਾ, ਇਹ ਗੱਲ ਹੀ ਗਲਾ ਖਰਾਬ ਆ, ਮੈਂ ਆਪੂ ਖਰਾਬ ਨਾ ਮੈਂ ਠੀਕ ਹਾਂ। ਵੀਰ ਸਾਹਿਬ ਪੰਜਾਬੀ ਸਰਕਾਰ ਦਾ ਸ਼ੇਰ ਹੈ, ਸ਼ਹਿਰ ਮਦੀਨੇ ਦੀ ਅਵਾਇਆ ਸ਼ਾਇਦ ਜਿਸਮੀ ਤਾਰੀਫ ਮੈਂ ਇਤਨੇ ਦਿਲ ਤੋਂ ਕਰਾਂ, ਇਹ ਤੁਸੀਂ ਹੱਥ ਉੱਤੇ ਆ ਰਹੇ ਸ਼ਾਇਦ ਠੀਕ ਵੀ ਕਰ ਦੇਵੇ। ਸ਼ਹਿਰ ਮਦੀਨੇ ਦੀ ਅਵਾਇਆ ਮੇਰਾ ਕਦੇ ਤੋੜੀ ਖਸਤਾ ਹਾਲ ਰਹੇਗਾ, ਮੇਰਾ ਤੇਰੀ ਕਚਹਿਰੀ ਕਦੂ ਤੋੜੀ, ਅਜਿਹਾ ਕਿ ਮੇਰੀ ਮਿਸਲੀ ਹੋਰ ਥੱਲੇ ਦਬਾਈ ਗਈ। ਉਹ ਜਿਹੜਾ ਮੈਂ ਸਲਾਮ ਨਾਮਾ ਭੇਜਿਆ ਸ਼ਾਇਦ ਉਹ ਕਿਤੇ ਕਾਰਗਰ ਥੱਲੇ ਦਬੇ ਆ, ਮੇਰਾ ਤੇਰੀ ਕਚਹਿਰੀ ਕਦੂ ਤੋੜੀ ਦਬਿਆ ਕਰ ਦਾ ਤੰਲੇ ਸਾਲ ਰਹੇਗਾ, ਰਸਤੇ ਵਿੱਚ ਦੁਨੀਆ ਤੇਰਾ ਇਹ ਖਾਦਾ ਆਉਂਦਾ ਕਦੂ ਤੋੜੀ ਪਹਾਵਾਲ ਰਹੇਗਾ, ਸਦਕਾ ਬੂ ਤਰਾਬ ਦਾ ਦੱਸ ਜਾਈ, ਸਦਕਾ ਬੂ ਤਰਾਬ ਦਾ ਦੱਸ ਜਾਈ, ਕੁੜਿਆ ਫਜ਼ਲੇ ਬਸੀਰ ਦਾ ਨਾਲ ਨਹੀਂ ਸਰਕਾਰ ਨਿਗਾਰ ਸ਼ੇਰ ਤੇ ਚੌਧਰੀਆਂ ਮੇਰੀ ਕੋਈ ਜਿੱਦ ਨਹੀਂ ਦਾਵਤ ਨਹੀਂ, ਲੇਕ 40 ਸਾਲ ਹੋ ਗਏ ਇਸ ਆਕਾਸ਼ ਪੈਸੇ ਅਮਰੀਕਾ ਨੇ ਆਖਿਆ ਮੈਂ ਦਬਰਾਂ, ਰੂਸ ਨੇ ਆਖਿਆ ਮੈਂ ਦਬਰਾਂ, ਚੱਕਰਾ ਰੂਸ ਅਮਰੀਕਾ ਨਾਲ ਮੇਰਾ ਵੀ ਫਿਰ ਇਹ ਕਹਿੰਦਾ ਆਵਾਮ ਵੀ ਕਹਿੰਦੀ ਕਿ ਚੌਧਰੀਆਂ ਤੇਰਾ ਪ੍ਰਗਾਮ ਇਹ ਮੇਰੇ ਸੰਗੀਤ ਚੌਧਰੀ ਸਕੁੱਤ ਸਾਹਿਬ ਔਰ ਦੁਸ਼ਮਣ